ਹੋਏ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਤੇ ਪ੍ਰਣਾਮ ਕਰਨ ਲਈ ਜੀ ਤੇ ਨਾਲੇ ਜਿਹੜੇ ਸਾਡੇ ਸ਼ਹੀਦ ਪਰਿਵਾਰ ਹੈ ਉਹਨਾਂ ਦੀ ਦੁੱਖ ਤਕਲੀਫਾਂ ਨੂੰ ਸੁਣਨ ਲਈ ਨਿਪਟਾਰਾ ਕਰਨ ਲਈ ਜੀ 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 ਸੋ ਕੱਲ ਟਵੀਟ ਕੀਤਾ ਸੀਐਮ ਭਗਵੰਤ ਮਾਨ ਉਹਨਾਂ ਨੇ ਹੀ ਸੈਡ ਕਿ ਨਵਜੋਤ ਸਿੱਧੂ ਉਹਨਾਂ ਨੇ ਜਾਣਾ ਹੈਗਾ ਲੁਧਿਆਣੇ ਫੋਰ ਐਨ ਅਪੀਅਰੈਂਸ ਇਨ ਦ ਕੋਰਟ ਐਂਡ ਵੀ ਵਿਲ ਪ੍ਰੋਵਾਈਡ ਹਿਮ ਆਲ ਸਿਕਿਉਰਿਟੀ ਡੂ ਯੂ ਥਿੰਕ ਦੇਰ ਵਾਸ ਅ ਨੀਡ ਟੂ ਪੁੱਟ ਸੱਚ ਅ ਟਵੀਟ ਆਊਟ ਇਨ ਦ ਸੋਸ਼ਲ ਮੀਡੀਆ ਯੂ ਸੀ ਇਟ ਇਜ਼ ਆਵਰ ਡਿਊਟੀ ਟੂ ਪ੍ਰੋਵਾਈਡ ਸਿਕਿਉਰਿਟੀ ਇਫ ਸਮਵਨ ਵਾਂਟਸ ਟੂ ਬਟ ਪਬਲਿਸਾਈਜ਼ਿੰਗ ਇਟ ਅਗੇਨ ਸਰ ਵਾਟ ਅਬਾਊਟ ਦ ਅਮ੍ਰਿਤਪਾਲ ਸਿੰਘ ਦੇਰ ਆਰ ਦ ਇੰਟੈਲੀਜੈਂਸ ਰਿਪੋਰਟ ਦੈਟ ਹੀ ਇਜ਼ देखो जी असी कमिटेड हैगे पंजाब की जिहड़ी पीस ते हारमनी नूं असी मेनटेन करांगे कोई भी एलीमेंट जे हारमनी ते पीस नूं डिस्टर्ब करूगा उसके खिलाफ एज पर लॉ कार्रवाई की जाएगी नहीं सर वट आर द आउटपुट्स कि वह तो कह रहे हैं कि मैं तो सिखी का प्रसार और प्रचार से अमृत छकन की गल कर रहा हूँ बट जिहड़ियां एजेंसीज़ दी रिपोर्ट है या तुहाडियां इंटैलीजेंस रिपोर्ट्स है बट वो यंगस्टर्स नूं भड़का रहे हैं देखो जी असी प्रोफेशनली काम करते हैं सो असी अपना काम एज अ प्रोफेशनल करांगे मैं कोई पोलिटिकल स्टेटमेंट नहीं देना ये मेरा काम नहीं है नहीं जिहड़ियां एन आई ए ने रेड्स कीतियां अमृतपाल दे ते की निकलिया की सर देखो जी एन आई ए ने रेड्स कीती तुसीं एन आई ए नूं पुछो डोंट पुट वर्ड्स इन माई माउथ ओके नहीं बट देर आर अदर कम्युनिटीज विच आर गेटिंग हर्ट लाइक क्रिश्चियंस ने इत्थे प्रोटेस्ट कीता they said ke they are being statements issued against our you see we are committed to maintain peace and harmony in this state so on their complaint any FIR being lodged silence is golden sir ik ke dasna jehde punjab de vich hathiyar lagatar pakde ja rahe hai देखो जी असी सारी एजेंसियां नाल तालमेल करके जिवें बड़ी स्पष्ट गल है कि पाकिस्तान की आई एस आई की साजिश है पंजाब दे विच जिहड़ी हार्ड अर्नड पीस है उसनों डिस्टर्ब कर असी पूरी अलर्टनैस नाल जिहड़ी खेपां असी पकड़ रहे हैगे असी सेंट्रल एजेंसीज नाल बी एस एफ नाल तालमेल करके असी बहुत ही एक्टिवली ਜਿਵੇਂ ਮੈਂ ਪਹਿਲੇ ਵੀ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਟੈਰਰਿਜ਼ਮ ਨੂੰ ਸਿਰ ਨਹੀਂ ਚੁੱਕਣ ਦਾ ਐਂਡ ਵੀ ਆਰ ਟੋਟਲੀ ਕਮਿਟਿਡ ਜਿਹੜਾ ਮੌਡ ਬਲਾਸਟ ਹੋਇਆ ਸੀਗਾ ਉਹਦੇ ਉੱਪਰ ਵੀ ਦੇਰ ਇਜ਼ ਨੋ ਹੈਡਵੇ ਐਵਰੀਥਿੰਗ ਇਜ਼ ਐਜ਼ ਆਫ ਸਾਇਲੈਂਟ ਔਨ ਦੈਟ ਇਸ਼ੂ ਨਥਿੰਗ ਬੀਇੰਗ ਡਨ ਔਨ ਆਈ ਥਿੰਕ ਦੈਟ ਕੇਸ ਵਾਸ ਟ੍ਰੇਸਡ ਸਰ ਨੋ ਵਨ ਇਜ਼ ਅਰੈਸਟਡ ਇਨ ਦੈਟ ਕੇਸ ਨੋ ਆਈ ਡੋਨਟ ਹੈਵ ਰੈਡੀਮੇਡ ਫੈਕਟਸ ਐਂਡ ਫਿਗਰਸ ਬਟ ਟ੍ਰੇਸਿੰਗ ਮੀਨਸ ਕਿ ਵੀ ਕਿਨੇ ਕੀਤਾ ਕਿੱਦਾਂ ਕੀਤਾ ਉਹ ਸਾਰਾ ਵਰਕਆਊਟ ਹੋ ਜਾਂਦਾ ਹੈ ਜਿਹੜੇ ਇਹਦੇ ਡਿਫਰੈਂਟ ਤਾਰ ਹੈਗੇ ਉਹ ਜੁੜ ਜਾਂਦੇ ਹੈ ਜੀ ਸਰ ਐਸ ਪਰ ਪੰਜਾਬ ਪੁਲਿਸ ਦਾ ਕਾਰਵਾਸ ਸੰਭਲ ਹੈ ਡੇਰਾ ਸੱਚਾ ਸੌਦਾ ਆਈ ਕੈਨ ਨਾਟ ਗਿਵ ਐਨੀ ਸਪੈਸੀਫਿਕ ਕਮੈਂਟਸ ਆਫ ਐਨੀ ਕੇਸ ਇਹ ਬਹੁਤ ਹੀ ਸੀਕ੍ਰੇਟ ਓਕੇਜ਼ਨ ਹੈਗਾ ਜਿਹੜੇ ਪੁਲਿਸ ਦੇ ਸ਼ਹੀਦ ਜਿਹੜੇ ਹੋਏ ਹੈ ਉਹਨਾਂ ਨੂੰ ਅਸੀਂ ਉਹਨਾਂ ਦੇ ਸਤਿਕਾਰ ਲਈ ਉਹਨਾਂ ਨੂੰ ਪ੍ਰਣਾਮ ਕਰਨ ਲਈ ਅਸੀਂ ਇਕੱਠੇ ਹੋਏ ਹਾਂ ਜੀ ਸਰ ਸਰ ਅੱਜ ਹਾਂ ਜੀ ਪੂਰੀ ਦੇਸ਼ ਦੇ ਵਿੱਚ ਪੁਲਿਸ ਕਮੈਮੋਰੇਸ਼ਨ ਡੇ ਮਨਾਇਆ ਜਾਂਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਡਿਊਟੀ ਦੇ ਦੌਰਾਨ ਜਿਹੜੇ ਪੁਲਿਸ ਸ਼ਹੀਦ ਹੋਏ ਨੇ ਉਹਨਾਂ ਦੇ ਯਾਦਗਾਰੀ ਦੇ ਵਿੱਚ ਉਹਨਾਂ ਦਾ ਗੁਰਬਾਣੀਆਂ ਨੂੰ ਯਾਦ ਰੱਖਣ ਲਈ ਔਰ ਸਮਾਜ ਨੂੰ ਦੱਸਣ ਲਈ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈ ਆਪਾਂ ਸਾਰਿਆਂ ਨੂੰ ਪਤਾ ਹੈ 1959 ਦੇ ਵਿੱਚ ਚੀਨ ਦੀ ਬਾਰਡਰ ਦੇ ਵਿੱਚ ਡਿਊਟੀ ਦੇ ਦੌਰਾਨ ਲੜਾਈ ਹੋਏ ਹੈ ਸ਼ਹੀਦ ਹੋਏ ਲੜਾਈ ਦੌਰਾਨ ਸ਼ਹੀਦ ਹੋਏ ਹੈ ਅਮਾਰਾ ਪੁਲਿਸ ਕਰਮਚਾਰੀ ਦੀ ਯਾਦਗਾਰੀ ਦੇ ਵਿੱਚ ਇਹ ਜਿਹੜਾ ਪੁਲਿਸ ਕਮੈਮੋਰੇਸ਼ਨ ਡੇ 1960 ਤੋਂ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਆਪਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਅੱਟਵਾਦੀ ਕੇ ਦੌਰਾਨ ਟੈਰਰਿਜ਼ਮ ਕੇ ਦਰਮਿਆਨ ਜਿਹੜੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਸ਼ਹੀਦ ਹੋਏ ਹੈ ਉਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਇੱਥੇ ਬੁਲਾਇਆ ਇਸ ਸਮਾਗਮ ਦੇ ਵਿੱਚ ਔਰ ਇਹ ਉਹਨਾਂ ਨੂੰ ਵੀ ਅਸੀਂ ਸੁਣ ਕੇ ਉਹਨਾਂ ਦਾ ਦੁੱਖ ਤੱਕ ਕੋਈ ਹੈਲਪ ਕਰਨ ਲਈ ਅੱਜ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਇਹ ਮੈਸੇਜ ਦਿੰਦੇ ਹਾਂ ਪੁਲਿਸ ਡਿਊਟੀ ਦੇ ਦੌਰਾਨ ਦੇਸ਼ ਰੱਖਿਆ ਕੇ ਲਈ ਕਿੰਨੇ ਕੁਰਬਾਨੀ ਦਿੰਦੇ ਹਨ ਆਪਾਂ ਸਾਰੇ ਇਸ ਪੁਲਿਸ ਦੀ ਜੋ ਗੁਰਬਾਣੀ ਨੂੰ ਯਾਦ ਰੱਖਦੇ ਹੋਏ ਜ਼ਿੰਮੇਵਾਰੀ ਸਮਝ ਕੇ ਆਪਣਾ ਆਪਣੀ ਡਿਊਟੀ ਨਿਭਾਉਣ ਸਾਡੇ ਪੁਲਿਸ ਵੱਲੋਂ ਹਮੇਸ਼ਾ ਦੇਸ਼ ਰੱਖਿਆ ਕੇ ਲਈ
ਅਸੀਂ ਆਪਣੇ ਜਾਨ ਵੀ ਦੇਣ ਲਈ ਹਾਜ਼ਰ ਹਾਂ। ਥੈਂਕ ਯੂ ਸਰ। ਟੋਟਲ ਬਠਿੰਡੇ ਦੇ ਕਿੰਨੇ ਨੇ ਜਿਹੜੇ? ਟੋਟਲ ਪਰਿਵਾਰ ਨੇ ਜੋ ਹੈ ਟੋਟਲ 44 ਨੇ ਆਪਣੇ, ਉਹਦੇ ਵਿੱਚੋਂ ਜਿਹੜੇ ਸ਼ਹੀਦ ਹੋਏ ਨੇ ਮੁਲਾਜ਼ਮ 44 ਨੇ, ਉਹਦੇ ਵਿੱਚ ਵੱਖਰੇ ਵੱਖਰੇ ਰੈਂਕ ਦੇ ਨੇ, ਸਬ ਇੰਸਪੈਕਟਰ ਦੇ, ਏਐਸਏ ਨੇ, ਔਰ ਹੋਮਗਾਰਡ ਨੇ, ਐਸਪੀਓਸ ਨੇ, ਔਰ ਇੱਕ ਡੀਐਸਪੀ ਵੀ ਹਨ। ਸੋ ਟੋਟਲ ਇਹਨਾਂ ਦੀ 44 ਦੀ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਦੀ ਪਰਿਵਾਰ ਸਾਰਿਆਂ ਨੇ ਵੈਸੇ ਆ ਦਿੱਤੇ ਬੁਲਾਏ, ਤੁਸੀਂ ਦੇਖਿਆ ਉਹ ਵੀ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਨੇ, ਔਰ ਇਸ ਪ੍ਰੋਗਰਾਮ ਦੇ ਬਾਅਦ ਅਸੀਂ ਉਹਨਾਂ ਦੇ ਦੁੱਖ ਦਾ ਵੀ ਸੁਣਾਂਗੇ, ਦੁੱਖ ਲਈ ਨਾਲ ਨਾਲ ਅਸੀਂ ਹੱਲ ਕਰਾਂਗੇ। ਸਮੂਹ ਪੰਜਾਬ ਪੁਲਿਸ ਲੁਧਿਆਣਾ ਸ਼ਹਿਰ ਦੇ ਸ਼ਹੀਦ ਪਰਿਵਾਰਾਂ ਦੇ ਪਰਿਵਾਰਕ ਮੈਂਬਰਸ, ਆਏ ਹੋਏ ਸਾਡੇ ਰਿਟਾਇਰਡ DGP ਸਰ AD.R. ਭੱਟੀ ਜੀ, ਸ਼੍ਰੀ ਮਨੀਸ਼ ਸਿੰਘਲ ਜ਼ਿਲ੍ਹਾ ਸੈਸ਼ਨ ਜੱਜ, ਮੈਡਮ ਸੁਰਭੀ ਮਲਿਕ ਡਿਪਟੀ ਕਮਿਸ਼ਨਰ, ਮੈਡਮ ਸ਼ੇਨਾ ਕਮਿਸ਼ਨਰ ਕਾਰਪੋਰੇਸ਼ਨ, ਆਏ ਹੋਏ ਜੱਜ ਸਾਹਿਬਾਨ, ਆਫਿਸਰ ਸਾਹਿਬਾਨ, ਅੱਜ ਜਿਹੜਾ ਹੈ ਸਾਲ ਦਰ ਸਾਲ ਜੋ ਗੜੀ ਦੇ ਵਿੱਚ ਪੁਲਿਸ ਦੇ ਵੱਖ ਵੱਖ ਅਦਾਰਿਆਂ ਪੈਰਾ ਮਿਲਟਰੀ ਫੋਰਸਿਸ ਦੇ ਸ਼ਹੀਦਾਂ ਨੂੰ ਇੱਕ ਵਾਰ ਯਾਦ, ਪੰਜਾਬ ਲਈ ਦੇਸ਼ ਲਈ ਕੁਰਬਾਨੀਆਂ ਦਿੱਤੀ ਉਹਨਾਂ ਨੂੰ ਆ ਕਰਕੇ ਇੱਥੇ ਸਲਿਊਟ ਕਰਦੇ ਹਾਂ, ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹਾਂ ਕਿ ਉਹਨਾਂ ਵੱਲੋਂ ਜਿਹੜੀ ਇਸ ਕੁਰਬਾਨੀ ਜਿਹੜੀ ਉਹਨਾਂ ਦੇ ਉਹਨਾਂ ਦੇ ਜਿਹੜੇ ਘਰ ਦੇ ਸਾਡੇ ਜਵਾਨਾਂ ਨੇ ਦਿੱਤੀ ਹੈ ਉਹਦੇ ਵਿੱਚ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ। ਇਹ ਜਿਹੜਾ ਦਿਨ ਅਸੀਂ ਓਬਜ਼ਰਵ ਕਰਦੇ ਹਾਂ ਇਹ 21 ਅਕਤੂਬਰ 1959 ਦੇ ਵਿੱਚ ਜਦੋਂ ਕਿ CRP ਔਰ IP ਦੀ ਇੱਕ ਪਾਰਟੀ ਨੂੰ ਧਾਰਕ ਲਗਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ, ਜਿਹਦੇ ਵਿੱਚ 10 ਜਵਾਨ ਇਸ ਦੇਸ਼ ਦੀ ਰਾਖੀ ਕਰਦੇ ਹੋਏ, ਸਰਹੱਦ ਦੀ ਰਾਖੀ ਕਰਦੇ ਹੋਏ ਜਿਹੜੇ ਪੁਲਿਸ ਦੇ ਸੀ ਉਹ ਸ਼ਹੀਦ ਹੋਏ ਸੀ। ਔਰ ਇਸ ਤਰੀਕੇ ਸੇ ਪਿਛਲੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ 21 ਅਕਤੂਬਰ ਨੂੰ ਜਿਹੜਾ ਇਹ ਸੂਬੇ ਨੂੰ ਅੱਤਵਾਦ ਤੋਂ ਬਾਹਰ ਕੱਢਣ ਦੇ ਲਈ, ਜਿਹੜਾ ਕਿ ਦੁਨੀਆ ਵਿੱਚ ਇਸ ਤੋਂ ਇਲਾਵਾ ਕਿਤੇ ਵੀ ਇਸ ਤਰੀਕੇ ਨਾਲ ਮੌਸਮ ਨਹੀਂ ਹੈ।